अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप जी so, so, दा ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ETT ਦੇ ਕੇਸ ਦੇ ਰਿਗਾਰਡਿੰਗ ਸੋ ਤੁਹਾਨੂੰ ਪਤਾ ਹੈ ਕਿ ETT ਦਾ ਬੱਚਿਆਂ ਨੇ ਕੇਸ ਲਾਇਆ ਸੀਗਾ ਉਹਦੇ ਵਿੱਚ ਜਿਹੜੇ ਸਿੱਖਿਆ ਪ੍ਰੋਵਾਈਡਰਸ ਤੇ ਵੋਲੰਟੀਅਰਸ ਨੂੰ ਜਿਹੜੇ 10 ਮਾਰਕਸ ਦਿੱਤੇ ਜਾ ਰਹੇ ਸੀ ਉਹਦੇ ਰਿਗਾਰਡਿੰਗ ਕੇਸ ਸੀਗਾ ਅਤੇ ਅੱਜ ਉਹਦੀ ਹੀਅਰਿੰਗ ਸੀ ਅੱਜ ਕੋਰਟ ਨੇ ਆਪਣਾ ਠੀਕ ਹੈ ਜੀ ਹੀਅਰਿੰਗ ਦਾ ਆਨਸਰ ਦੇਣਾ ਸੀ ਕਿ ਕੀ ਉਹ ਜਿਹੜੇ 10 ਮਾਰਕਸ ਮਿਲਣੇ ਜਾਂ ਨਹੀਂ ਮਿਲਣੇ ਐ ਸੋ ਇਸ ਦੇ ਰਿਗਾਰਡਿੰਗ ਇਹ ਵੀਡੀਓ ਹੈ ਕੀ ਕੋਰਟ ਨੇ ਕਿਹਾ ਤੇ ਕੀ ਫਦਰ ਜਿਹੜਾ ਡਿਸੀਜਨ ਹੈ ਕੋਰਟ ਨੇ ਕਿਹਾ ਕਿ ਉਹ ਮੈਟਰ ਜਿਹੜਾ ਤੁਹਾਡਾ ਸੋਲਵ ਹੋਇਆ ਜਾਂ ਨਹੀਂ ਹੋਇਆ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਇਹ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗਾ ਵੀਰ ਅਤੇ ਵੋਲੰਟੀਅਰਸ ਠੀਕ ਹੈ ਜੀ ਇਸ ਦੇ ਰਿਗਾਰਡਿੰਗ ਕੇਸ ਹੈ ਕਿ ਵੀਰ ਅਤੇ ਵੋਲੰਟੀਅਰਸ ਨੂੰ ਬਾਅਰ ਠੀਕਾ ਜੀ ਹੋਣਗੇ ਜਾਂ ਨਹੀਂ ਹੋਣਗੇ ਇਹ ਮੈਂ ਤੁਹਾਨੂੰ ਇਸ ਪੂਰਾ ਇਸ ਵੀਡੀਓ ਦੇ ਵਿੱਚ ਦੱਸੂਗਾ ਸੋ ਸਭ ਤੋਂ ਪਹਿਲੇ ਤੁਸੀਂ ਚੈੱਕ ਕਿੱਦਾਂ ਕਰਨਾ ਹੈ ਕੇਸ ਦਾ ਸਟੇਟਸ ਤੁਸੀਂ ਆਹ ਵੈਬਸਾਈਟ ਤੇ ਜਾਣਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਹੈ ਤੇ ਜਾ ਕੇ ਤੁਸੀਂ ਕੇਸ ਸਟੇਟਸ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਆ ਪੇਜ ਆ ਜਾਊਗਾ ਤੁਸੀਂ ਲੈਫਟ ਹੈਂਡ ਸਾਈਡ ਤੇ ਦੇਖ ਸਕਦੇ ਹੋ ਕੇਸ ਨੰਬਰ ਹੈ ਇੱਥੇ ਕਲਿੱਕ ਕਰੋਗੇ ਇੱਥੇ ਜਾ ਕੇ ਸੀਐਮ ਠੀਕ ਹੈ ਜੀ ਸਿਵਲ ਮਿਸ ਸਿਲੈਕਟ ਕਰ ਲੈਣਾ 4701-CWP2021 ਕਲਿੱਕ ਕਰਕੇ ਇੱਥੇ ਫਿਲ ਕਰਕੇ ਤੁਸੀਂ ਸਰਚ ਤੇ ਕਲਿੱਕ ਕਰ ਦੇਣਾ ਸਟੇਟ ਆਫ ਪੰਜਾਬ ਐਂਡ ਅਦਰਸ ਹੈ ਇਹ ਠੀਕ ਹੈ ਜੀ ਕੇਸ ਹੈ ਆ ਦੇਖੋ ਜੀ ਸਟੇਟਸ ਹੱਲੇ ਵੀ ਪੈਂਡਿੰਗ ਹੈ ਇਹਨਾਂ ਨੇ ਜਿਹੜੀ ਨੈਕਸਟ ਡੇ ਦਿੱਤੀ ਹੈ ਇਹ ਦਿੱਤੀ ਹੈ ਜੀ 28 ਅਪ੍ਰੈਲ ਠੀਕ ਹੈ ਜੀ ਇੱਥੇ ਕਲਿੱਕ ਕੀਤਾ ਪਾਈ ਪੇਜ ਖੁੱਲ ਗਿਆ ਤੇ ਸਾਰੀ ਇਨਫੋਰਮੇਸ਼ਨ ਆ ਤੁਸੀਂ ਖੁਦ ਚੈੱਕ ਕਰ ਲੈਣਾ ਮੈਂ ਜ਼ਿਆਦਾ ਇੱਥੇ ਟਾਈਮ ਵੇਸਟ ਨਹੀਂ ਕਰੂੰਗਾ ਜਿਹੜੀ ਮੇਨ ਗੱਲ ਆਪਾਂ ਉੱਤੇ ਆਨੇ ਆ ਆ ਹੈ ਜੀ ਇਹਨਾਂ ਦਾ ਲੈਟਰ ਠੀਕ ਹੈ ਜੀ ਜੋ ਆਫੀਸ਼ੀਅਲ ਹੈ ਇਹਨਾਂ ਦਾ ਇਹਦੇ ਵਿੱਚ ਇਹਨਾਂ ਨੇ ਸਿੰਪਲ ਇਹੀ ਦੱਸਿਆ ਹੈ ਕਿ ਪ੍ਰੈਜ਼ੈਂਸ ਮਾਰਕਸ ਥਰੂ ਵੀਡੀਓ ਕਾਨਫਰੈਂਸਿੰਗ ਵਗੈਰਾ ਇਹਨਾਂ ਨੇ ਸਭ ਕੁਝ ਕੀਤਾ ਹੈ ਕੋਰਟ ਨੇ ਜੋ ਵੀ ਵੀਡੀਓ ਕਾਨਫਰੈਂਸਿੰਗ ਵਗੈਰਾ ਹੋਈ ਸੀ ਇਹਨਾਂ ਦੀ ਦੱਸਿਆ ਹੋਇਆ ਐਟ ਰਿਕੁਐਸਟ ਆਫ ਲਰਨ ਸਟੇਟ ਕਾਉਂਸਲ ਐਡਜਰਨਡ ਟੂ 28 ਅਪ੍ਰੈਲ ਮੀਨ ਟੂ ਸੇ 28 ਅਪ੍ਰੈਲ ਨੂੰ ਇਹਨਾਂ ਦਾ ਨੈਕਸਟ ਜਿਹੜਾ ਡਿਸੀਜਨ ਆਊਗਾ ਠੀਕ ਹੈ ਕਿ ਜੋ ਵੀ ਬੱਚਿਆਂ ਨੇ ਕੇਸ ਲਾਇਆ ਸੀ ਉਸ ਦੇ ਅਕੋਰਡਿੰਗ ਉਹ ਚੀਜ਼ ਡਨ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਸੋ ਹੱਲੇ ਤੱਕ ਕੋਈ ਵੀ ਫਾਈਨਲ ਡਿਸੀਜਨ ਨਹੀਂ ਆਇਆ ਸੋ ਫਰੈਂਡ ਇਸੇ ਮੈਂ ਤੁਹਾਨੂੰ ਇੱਕ ਚੀਜ਼ ਵੀ ਦੱਸਣਾ ਚਾਹੂੰਗਾ ਕੇਸ ਕਾਫੀ ਲੈਂਥੀ ਚਲਦੇ ਲੰਬੇ ਚਲਦੇ ਆ ਠੀਕ ਹੈ ਨਾਲ ਦੇ ਨਾਲ ਮੈਂ ਤੁਹਾਨੂੰ ਕਲੀਅਰਿਫਾਈ ਵੀ ਕਰ ਦਿੰਦਾ ਬਿਕੋਜ਼ ਕਾਫੀ ਬੱਚਿਆਂ ਨੇ ਡਾਊਟ ਹੁੰਦਾ ਕਿ ਬਸ ਕੇਸ ਲਾਇਆ ਹਫਤੇ ਮਹੀਨੇ ਬਾਅਦ ਕੇਸ ਸੋਲਵ ਹੋ ਜਾਣਾ ਹੈ ਕਾਫੀ ਬੱਚਿਆਂ ਡਾਊਟ ਹੁੰਦਾ ਹੈ ਸੋ ਮੈਂ ਚੀਜ਼ ਪਹਿਲੇ ਤੁਹਾਨੂੰ ਕਲੀਅਰ ਕਰਦਾ ਪਹਿਲੇ ਦੇਖੋ ਜੀ ਮਾਸਟਰ ਕੈਡਟ ਤੋਂ ਪਹਿਲੇ ਪੀਟਰ ਤੁਸੀਂ ਦਿੱਤਾ ਸੀ ਉੱਤੇ ਕੇਸ ਲੱਗਿਆ ਸੀ ਕਿ ਕੁਝ ਕੁਐਸਚਨ ਜਿਹੜੇ ਸੀਗੇ ਬੱਚਿਆਂ ਦੇ ਸਹੀ ਸੀਗੇ ਬੋਰਡ ਨੇ ਗਲਤ ਸੀ ਲਿਖ ਸੀਗੇ ਬਟ ਬੋਰਡ ਨੇ ਜਿਹੜਾ ਡਿਸੀਜਨ ਦਿੱਤਾ ਸੀ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਆਨਸਰ ਸਹੀ ਸੀਗੇ ਉੱਤੇ ਕੇਸ ਲੱਗਾ ਸੀ ਬੋਰਡ ਨੇ ਇੱਕ ਆਈ ਥਿੰਕ 12 ਮੈਂਬਰਜ਼ ਇੱਕ ਪੈਨਲ ਸੈਟ ਕੀਤਾ ਸੀ ਐਕਸਪ ਠੀਕ ਹੈ ਉਸ ਤੋਂ ਬਾਅਦ ਕੋਈ ਵੀ ਸੋਲੂਸ਼ਨ ਨਹੀਂ ਆਇਆ ਉਹ ਕੇਸ ਉਹਦੇ ਤਾਂ ਉਹਦੀ ਫਸਿਆ ਪਿਆ ਠੀਕ ਹੈ ਉਸ ਤੋਂ ਬਾਅਦ ਐਂਟੀਟੀ ਵਾਲਿਆਂ ਦਾ ਕੇਸ ਲੱਗਾ ਸੀ ਉਹਦੀ ਵੀ ਡੇਟ ਪਿੱਛੇ ਜੇ ਹੋਈ ਸੀ ਹਿਅਰਿੰਗ ਉਹਦੀ ਵੀ 3 April ਚੱਲ ਗਈ ਹੋਈ ਹੈ ਹਾਲੇ ਤੱਕ ਕੋਈ ਵੀ ਕੇਸ ਨਹੀਂ ਹੈ ਇਦਾਂ ਦਾ ਜਿਹੜਾ ਤੁਹਾਡਾ ਸੋਲਵ ਹੋ ਗਿਆ ਹੋਵੇ ਹਾਂ ਇੱਕ ਕੇਸ ਸੀਗਾ ਜਿਹੜਾ ਸੀ 2000 ਆਈ ਥਿੰਕ 17 ਦੇ ਰਿਗਾਰਡਿੰਗ ਸੀ ਗਰੇਸ ਮਾਰਕਸ ਦੇ ਰਿਗਾਰਡਿੰਗ ਉਹ ਜਿਹੜਾ ਕੇਸ ਸੀਗਾ ਜਦੋਂ ਤੁਹਾਡਾ ਪੀਟੈਟ ਦਾ ਰਿਜ਼ਲਟ ਆਇਆ ਸੀਗਾ ਜਾਂ ਪੀਟੈਟ ਦੇ ਜਦੋਂ ਹਾਂ ਜਦੋਂ ਰਿਜ਼ਲਟ ਆਇਆ ਸੀ ਉਹਦੋਂ ਉਹਦਾ ਗਰੇਸ ਮਿਲੀ ਸੀ ਸਿਰਫ ਇੱਕ ਨੰਬਰ ਦੀ ਤਦ ਇੱਕ ਲੋਕ ਕਿੰਨੇ ਲੰਬੇ ਕੇਸ ਚੱਲਦੇ ਆ ਮੈਂ ਤੁਹਾਨੂੰ ਇਸੇ ਮਿਸਗਾਈਡ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਜੋ ਟਰੂਥ ਹੈ ਉਹ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਕੇਸ ਤੁਹਾਡਾ ਲੰਬੇ ਚੱਲਦੇ ਆ ਬਟ ਬਹੁਤ ਹੀ ਅੱਛੀ ਗੱਲ ਹੈ ਜੇ ਮੈਂ ਚਾਹਣਾ ਕਿ ਕੇਸ ਤੁਹਾਡਾ ਜਲਦੀ ਸੋਲਵ ਹੋ ਜੇ ਕੋਵਿਡ ਕਾਰਨ ਤੁਹਾਨੂੰ ਪਤਾ ਹੈ ਕਿ ਸਾਰੀ ਪ੍ਰੋਸੈਸ ਆਨਲਾਈਨ ਹੀ ਚੱਲ ਰਹੀ ਪਿਆ ਦਿਖੋ ਇਥੇ ਵੀ ਦੱਸਿਆ ਹੋਇਆ ਪ੍ਰੈਜ਼ੈਂਸ ਮਾਰਕਸ ਥਰੂ ਵੀਡੀਓ ਕਾਨਫਰੈਂਸਿੰਗ ਸੋ ਤੁਹਾਨੂੰ ਕੀ ਲੱਗਦਾ ਕੇਸ ਦੇ ਰਿਗਾਰਡਿੰਗ ਕੀ ਕੇਸ ਸੋਲਟ ਆਊਟ ਹੋਊਗਾ 28 ਤਰੀਕ ਨੂੰ ਜਿਹੜੀ ਡੇਟ ਮਿਲੀ ਹੈ ਇਸ ਦਿਨ ਡਨ ਹੋ ਜਾਊਗਾ ਕੇਸ ਤੁਹਾਡਾ ਸੋਲਵ ਤਾਂ ਬਾਕੀ ਵੀਡੀਓ ਅੱਛੀ ਲੱਗੀ ਹੋਏ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ ਤਾਂ ਬਾਕੀ ਜ਼ਰੂਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਆਪਣੇ ਨੀੜੀ ਫਰੈਂਡਸ ਦੇ ਨਾਲ ਵੀ ਸ਼ੇਅਰ ਕਰਨਾ so that ਉਹਨਾਂ ਨੂੰ ਵੀ ਇਸ ਪਾਰਟਿਕੂਲਰ ਇਨਫੋਰਮੇਸ਼ਨ ਬਾਰੇ ਪਤਾ ਲੱਗ ਸਕੇ ਰਿਗਾਰਡਿੰਗ ਕੇਸ ਜੋ ETT ਵਾਲਿਆਂ ਨੇ ਕੀਤਾ ਸੀ ਰਿਗਾਰਡਿੰਗ پیਡ ਵੋਲੰਟੀਅਰਸ ਪਲੱਸ ਜੋ ਸੌਂ ਡਿਟੇਲ ਸੀਗੇ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਕੇਸ ਦੇ ਰਿਗਾਰਡਿੰਗ so ਬਾਕੀ ਹੋਰ ਕੋਈ ਵੀ ਕੁਐਸ਼ਨ ਜਾਂ ਕਿਊਰੀ ਹੁੰਦਾ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜਾਂ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਕੇ ਵੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਕੋਈ ਵੀ ਆਨਲਾਈਨ ਪ੍ਰੋਬ ਫਾਰਮਸ ਵੈਰਾ ਜਾਂ ਫਾਰਮ ਫਿਲਿੰਗ ਦੇ ਵਿੱਚ ਜਾਂ ਕੋਈ ਸਾਡੇ ਕੋਲ ਆਨਲਾਈਨ ਫਾਰਮ ਫਿਲ ਕਰਾਉਣਾ ਹੈ ਇਹ ਸਾਰਾ ਇਨਫੋਰਮੇਸ਼ਨ ਆਪ ਆਪਣੇ YouTube ਚੈਨਲ ਤੇ ਪ੍ਰੋਵਾਈਡ ਕਰਦੇ ਆ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫॉर ਯੂਅਰ ਵੈਲਿਊਅਬਲ ਟਾਈਮ।